1984 ਸਿੱਖ ਕਤਲਿਆਂ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵੱਲੋਂ ਦੋ ਸਿੱਖਾਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਦੋਵਾਂ ਦੋਸ਼ੀਆਂ ਜਸ਼ਪਾਲ ਸਿੰਘ ਅਤੇ ਨਰੇਸ਼ ਸਹਿਰਾਵਤ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। SIT ਨੇ ਕਿਹਾ ਹੈ ਕਿ ਇਹ ਕਤਲ ਇੱਕ ਖਾਸ ਫਿਰਕੇ ਦੀ ਨਸਲਕੁਸ਼ੀ ਦੇ ਇਰਾਦੇ ਨਾਲ ਕੀਤੇ ਗਏ ਸਨ ਅਤੇ ਇਹ ਵਿਰਲਿਆਂ ਤੋਂ ਵਿਰਲਾ ਕੇਸ ਬਣਦਾ ਹੈ ਜਿਸ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਬਣਦੀ ਹੈ। ਇਸ ਦੌਰਾਨ ਭਾਜਪਾ ਦੇ ਵਿਧਾਇਕ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤੀ ਕੰਪਲੈਕਸ ਦੇ ਵਿੱਚ ਦੋਸ਼ੀ ਜਸ਼ਪਾਲ ਸਿੰਘ ਦੇ ਥੱਪੜ ਜੜ ਦਿੱਤਾ। ਪੁਲਿਸ ਨੇ ਵਿੱਚ ਪੈ ਕੇ ਸਿਰਸਾ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਮੁਜ਼ਰਮਾਂ ਤੋਂ ਵੱਖ ਕੀਤਾ। ਇਸ ਦੌਰਾਨ ਸੀਨੀਅਰ ਵਕੀਲ HS ਫੂਲਕਾ ਨੇ ਕਿਹਾ ਕਿ ਅਦਾਲਤੀ ਕੰਪਲੈਕਸ ਵਿੱਚ ਅਜਿਹੀਆਂ ਘਟਨਾਵਾਂ ਦੇ ਨਾਲ ਕੇਸ ਦੇ ਫੈਸਲੇ ਉੱਤੇ ਉਲਟਾ ਪ੍ਰਭਾਵ ਪੈ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਧੀਕ ਸੈਸ਼ਨ ਜੱਜ ਅਜੇ ਪਾਂਡੇ ਨੇ ਦੋਵਾਂ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਜਸ਼ਪਾਲ ਦੇ ਬਾਰੇ ਵਿੱਚ ਸਜ਼ਾ ਸੁਣਾਉਣ ਦਾ ਫੈਸਲਾ 20 ਨਵੰਬਰ ਤੱਕ ਰਾਖਵਾਂ ਰੱਖ ਲਿਆ। 84 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸੰਤੋਖ ਸਿੰਘ ਦੇ ਭਰਾ ਹਰਦੇਵ ਸਿੰਘ ਵੱਲੋਂ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੀ ਗਈ ਸ਼ਿਕਾਇਤ ਮਗਰੋਂ ਚੱਲੇ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਬੀਤੇ ਦਿਨ ਜਸ਼ਪਾਲ ਅਤੇ ਨਰੇਸ਼ ਸਹਿਰਾਵਤ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦਿੱਲੀ ਪੁਲਿਸ ਨੇ 1994 ਦੇ ਵਿੱਚ ਇਹ ਕੇਸ ਸਬੂਤਾਂ ਦੀ ਅਣਹੋਂਦ ਦੇ ਵਿੱਚ ਬੰਦ ਕਰ ਦਿੱਤਾ ਸੀ, ਪਰ ਕੇਸ ਮੁੜ ਖੁੱਲਣ ਮਗਰੋਂ ਇਸ ਦੀ ਜਾਂਚ SIT ਨੂੰ ਸੌਂਪ ਦਿੱਤੀ ਗਈ ਸੀ। ਉਧਰ ਦੋਸ਼ੀ ਜਸ਼ਪਾਲ ਨੂੰ ਥੱਪੜ ਮਾਰਨ ਵਾਲੇ ਭਾਜਪਾ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਖਰ ਉਹਨਾਂ ਦਾ 34 ਸਾਲ ਦਾ ਗੁੱਸਾ ਬਾਹਰ ਆਇਆ ਹੈ। ਅਦਾਲਤੀ ਕੰਪਲੈਕਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੀ ਇਸ ਹਰਕਤ ਦੇ ਨਾਲ ਫੂਲਕਾ ਇਤਪਾਕ ਨਹੀਂ ਰੱਖਦੇ। ਫੂਲਕਾ ਨੇ ਕਿਹਾ ਕਿ ਅਦਾਲਤੀ ਕੰਪਲੈਕਸ ਦੇ ਵਿੱਚ ਅਜਿਹੀਆਂ ਘਟਨਾਵਾਂ ਦੇ ਨਾਲ ਕੇਸ ਦੇ ਫੈਸਲੇ ਉੱਤੇ ਕੋਈ ਗਲਤ ਅਸਰ ਪੈ ਸਕਦਾ ਹੈ। ਸੋ ਸਿਰਸਾ ਦੀ ਇਸ ਹਰਕਤ ਜਿੱਥੇ ਫੂਲਕਾ ਨੇ ਸਵਾਲ ਚੁੱਕੇ ਨੇ, ਉੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਸਿਰਸਾ ਦੇ ਵੱਲੋਂ ਇਹ ਕਦਮ ਕੀ ਆਪਣੀ ਸਿਆਸੀ ਸ਼ੋਖੇਬਾਜ਼ੀ ਦੇ ਚੱਲਦਿਆਂ ਚੁੱਕਿਆ ਗਿਆ ਜਾਂ ਫਿਰ ਸੁਰਖੀਆਂ ਦੇ ਵਿੱਚ ਆਉਣ ਦੇ ਲਈ। ਆਖਿਰ ਸਿਰਸਾ ਨੂੰ ਇਸ ਦੀ ਲੋੜ ਕੀ ਸੀ ਜਦੋਂ ਕਿ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਹੁਣ ਸਿਰਫ ਸਜ਼ਾ ਦਾ ਹੀ ਐਲਾਨ ਕਰਨਾ ਹੈ ਅਤੇ ਉਸ ਦੇ ਲਈ ਵੀ ਫੈਸਲਾ ਰਾਖਵਾਂ ਰੱਖ ਲਿਆ ਗਿਆ। ਅਤੇ ਇਸ ਤੋਂ ਵੀ ਵੱਡਾ ਸਵਾਲ ਇਹ ਬਣਦਾ ਕਿ ਸਿਰਸਾ ਨੇ ਇਹ ਡਰਾਮਾ ਕਰਕੇ ਆਖਿਰ ਖੱਟਿਆ ਕੀ ਹੈ ਅਤੇ ਸਿਰਸਾ ਦੀ ਇਸ ਹਰਕਤ ਨੂੰ ਗੈਰ ਸੱਭਿਅਕ ਵੀ ਮੰਨਿਆ ਜਾ ਰਿਹਾ ਸੀ। ਅਤੇ ਇੱਥੇ ਸਵਾਲ ਇਹ ਵੀ ਬਣਦਾ ਕਿ ਜੇਕਰ ਸਿਰਸਾ ਅਤੇ ਇਹਨਾਂ ਦੇ ਹਮਾਇਤੀਆਂ ਅਤੇ ਹੋਰ ਬਾਦਲ ਦਲੀਆਂ ਨੂੰ ਇੰਨਾ ਹੀ 1984 ਦੇ ਸਿੱਖ ਕਤਲੇਆਮ ਦਾ ਦਰਦ ਹੈ ਤਾਂ ਇਹ ਆਪਣੀ ਭਾਈਵਾਲ ਸਰਕਾਰ ਦੇ ਮੁਖੀ ਮੋਦੀ ਨੂੰ ਜਾ ਕੇ ਕਿਉਂ ਨਹੀਂ ਟਾਈਟਲਰ ਸੱਜਣ ਕੁਮਾਰ ਅਤੇ ਕਮਲਨਾਥ ਅਤੇ ਹੋਰ ਅਜਿਹੇ ਦੋਸ਼ੀਆਂ ਦੇ ਖਿਲਾਫ਼ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲਾਉਣ ਦੀ ਮੰਗ ਕਰਦੇ? ਕਿਉਂ ਨਹੀਂ ਮੰਗ ਕਰਦੇ ਕਿ ਅਦਾਲਤ ਹਰ ਰੋਜ਼ ਇਸ ਮਾਮਲੇ ਦੇ ਵਿੱਚ ਇਹਨਾਂ ਦੋਸ਼ੀਆਂ ਦੇ ਖਿਲਾਫ਼ ਸੁਣਵਾਈ ਕਰੇ ਅਤੇ ਕਿਉਂ ਨਹੀਂ ਟਾਈਮ ਬਾਉਂਡ ਇਨਕੁਆਇਰੀ ਕਰਵਾ ਕੇ ਇਹਨਾਂ ਮੁਜ਼ਲਮਾਂ ਨੂੰ ਸਜ਼ਾ ਦਿਵਾਉਂਦੇ? ਕਿ ਸਿਰਸਾ ਦੀ ਹਰਕਤ ਆਉਣ ਵਾਲੀਆਂ ਇਲੈਕਸ਼ਨਾਂ ਦੇ ਮੱਦੇ ਨਜ਼ਰ ਹੈ, ਕਿਉਂਕਿ ਮੋਦੀ ਸਰਕਾਰ ਦੇ ਕੋਲ ਵਿਕਾਸ ਦੇ ਨਾਂ ਤੇ ਲੋਕਾਂ ਦੇ ਕੋਲ ਕੁਝ ਜਾ ਕੇ ਕਹਿਣ ਦੇ ਲਈ ਨਹੀਂ ਹੈ? ਅਤੇ ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਇਹਨਾਂ ਦੋ ਦੋਸ਼ੀਆਂ ਨੂੰ ਸਜ਼ਾ ਕਰਵਾ ਕੇ ਕਿ ਜੋ ਮੁੱਖ ਦੋਸ਼ੀ ਨੇ ਟਾਈਟਲਰ ਜਾਂ ਫਿਰ ਸੱਜਣ ਕੁਮਾਰ, ਕਿ ਉਹਨਾਂ ਨੂੰ ਸਜ਼ਾ ਤੋਂ ਬਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ? ਨਾਲੇ ਜਿਹੜੇ 40 ਸਾਲ ਤੋਂ ਵੱਧ RSS ਦੇ ਮੈਂਬਰ ਇਸ ਮਾਮਲੇ ਦੇ ਵਿੱਚ ਇਨਵੋਲਵ ਰਹੇ ਨੇ, ਸ਼ਾਮਿਲ ਰਹੇ ਨੇ ਕਤਲੇਆਮ ਦੇ ਵਿੱਚ, ਕਿ ਉਹਨਾਂ ਦੇ ਖਿਲਾਫ਼ ਕੋਈ ਆਵਾਜ਼ ਕਿਉਂ ਨਹੀਂ ਚੁੱਕਦਾ? 1984 ਕਤਲੇਆਮ ਦੇ ਵਿੱਚ ਜਦੋਂ RSS ਦੀ ਸ਼ਮੂਲੀਅਤ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਇਹ ਅਕਾਲੀ ਲੀਡਰ ਚੁੱਪ ਕਿਉਂ ਹੋ ਜਾਂਦੇ ਨੇ? ਇਹਨਾਂ ਦੇ ਮੂੰਹ ਤੇ ਛਿੱਕੀ ਕਿਉਂ ਪੈ ਜਾਂਦੀ ਹੈ? ਆਖਰੇ ਅਕਾਲੀ ਲੀਡਰ 1984 ਸਿੱਖ ਕਤਲੇਆਮ ਦੇ ਪੀੜਤਾਂ ਤੇ ਸਿਆਸੀ ਰੋਟੀਆਂ ਸੇਕਣੀਆਂ ਕਦੋਂ ਬੰਦ ਕਰਨਗੇ ਅਤੇ ਅਜਿਹੇ ਮੀਡੀਆ ਵਿੱਚ ਰਹਿਣ ਦੇ ਲਈ ਸਟੰਟ ਕਰਨੇ ਕਦੋਂ ਬੰਦ ਕਰਨਗੇ? ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।